ਅੱਛਾ ਇਹ ਜੰਡ ਥੱਲੇ ਵੱਢਿਆ ਸੀ, ਇਹ ਜੰਡ ਸੀ, ਇਹ ਜੰਡ ਇੱਥੇ, ਇੱਥੇ ਤੀਰ ਸੀ ਜਿਹੜੇ ਸਾਹਿਬਾਂ ਨੇ ਤੋੜਤੇ ਸੀਗੇ। ਹਾਂਜੀ ਹਾਂਜੀ ਹਾਂਜੀ, ਸਾਹਿਬਾਂ ਨੇ ਸਾਰੇ ਤੀਰ ਇੱਥੇ ਤੋੜੇ ਆ, ਇੱਥੇ 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 ਉਹ ਜਗ੍ਹਾ ਜੇ। ਪੁਰਾਣੀਆਂ ਚੀਜ਼ਾਂ ਦੇਖ ਲਓ ਆ ਸਾਰੀਆਂ, ਦੋਨਾਂ ਦੀ ਕਬਰ ਇਕੱਠੀ ਇੱਥੇ, ਇੱਥੇ ਹੀ ਉਹਨਾਂ ਨੇ ਕਤਲ ਕੀਤਾ ਸੀ ਤੇ ਇੱਥੇ ਹੀ ਫਿਰ ਨਾਪਤਾ ਸੀ। ਸਾਹਿਬਾਂ ਦੇ ਜਿਹੜੇ ਭਾਈ ਸੀ ਉਹਨਾਂ ਨੇ ਮਤਲਬ ਇੱਥੇ ਆ ਕੇ ਘੇਰਿਆ ਸੀ ਸਾਰਾ, ਇੱਥੇ ਘੇਰਿਆ। ਅੱਛਾ ਤੁਸੀਂ ਇੱਕ ਗੱਲ ਦੇਖੋ ਯਾਰ, ਤੇ ਜਿਹੜੀ ਇਹਨਾਂ ਦੀ ਡੈਥ ਡੇਟ ਹੈ ਨਾ ਉਹ ਸੇਮ ਆ ਇੱਥੇ, ਜਿਵੇਂ ਆ ਸਾਹਿਬਾਂ ਦੀ ਕਬਰ ਤੇ ਤੁਸੀਂ ਦੇਖੋ 18/3/1618 18 ਮਾਰਚ ਤੇ 18 ਮਾਰਚ ਉਧਰ ਮਿਰਜੇ ਜੱਟ ਤੇ। ਲਓ ਜੀ ਅਸੀਂ ਪਹੁੰਚ ਗਏ ਜਿਹੜੀ ਮਿਰਜ਼ਾ ਸਾਹਿਬਾਂ ਦੀ ਯਾਦਗਾਰ ਹੈ ਪੁਰਾਣੀ, ਤੇ ਬਾਈ ਆਹ ਉਦੋਂ ਦੇ ਜਿਹੜੇ ਪੁਰਾਣੇ ਚੀਜ਼ਾਂ, ਪਿੱਪਲ ਪੁੱਪਲ ਜੰਡ ਜਿਵੇਂ ਆਪਾਂ ਸੁਣਦੇ ਹੁੰਦੇ, ਪੁਰਾਣੇ ਪੁਰਾਣੇ ਉਹ ਦੇਖੋ ਜੰਡ ਹੈ ਜਿੱਥੇ ਮਿਰਜ਼ਾ ਸਾਹਿਬ। ਅੱਛਾ ਉਧਰ ਉਹ ਜੰਡ ਬਾਈ, ਆਹ ਮੇਲਾ ਦਾ ਉਸ ਟਾਈਮ ਝਿੜੀ ਨਾ ਹੁੰਦੀ ਪੂਰੀ, ਹਾਂ ਆ ਵੀ ਜੰਡ ਹੈਗਾ ਪੁਰਾਣਾ। ਬਿਲਕੁਲ ਬਿਲਕੁਲ। ਅੱਛਾ ਉਹ ਸਭ ਤੋਂ ਪੁਰਾਣਾ ਉਹ ਜੰਡ ਹੈ ਜਿੱਥੇ ਮਿਰਜ਼ਾ ਸਾਹਿਬਾਂ ਨੂੰ ਵੱਢਿਆ ਸੀ ਨਾ ਮਿਰਜ਼ੇ ਨੇ। ਅੱਛਾ ਹਾਂ, ਤੇ ਆਹ ਯਾਦਗਾਰ ਬਣੀ ਹੋਈ ਹੈ ਜੀ, ਇਹ ਯਾਦਗਾਰ। ਉਦੋਂ ਇਹ ਸਾਰੇ ਟਿੱਬੇ ਹੁੰਦੇ ਸੀ ਬਾਈ। ਅੱਛਾ ਉਦੋਂ ਟਿੱਬੇ ਹੁੰਦੇ ਸੀਗੇ, ਟਿੱਬੇ ਹੁੰਦੇ ਸੀ, ਕੁਛ ਨਹੀਂ ਹੁੰਦਾ ਇੱਥੇ, ਉਹ ਪਿੰਡ ਸਾਈਡ ਤੇ। ਪਰ ਉੱਥੇ ਇਤਿਹਾਸ ਵੀ ਲਿਖਿਆ ਹੋਇਆ ਸਾਹਮਣੇ ਵਾਲੇ ਪਾਸੇ, ਤੁਹਾਨੂੰ ਇਤਿਹਾਸ ਥੋੜਾ ਜਿਹਾ ਦਿਖਾਉਣੇ ਆ। ਲਹਿੰਦੇ ਪੰਜਾਬ 'ਚ ਯਾਰ ਇਹ ਸਾਰੀਆਂ ਚੀਜ਼ਾਂ ਮੌਜੂਦ ਆ, ਦੇਖ ਲਓ ਇਹ ਉਹੀ ਜੰਡ ਆ, ਇਹ ਵੇਖੋ ਵਿੱਚੋਂ ਖਾਲੀ ਆ ਸਾਰਾ। ਹਾਂਜੀ ਸਾਰਾ ਖਾਲੀ ਆ, ਲੇਕਿਨ ਵਿੱਚੋਂ ਖਾਲੀ ਹੋਇਆ ਹੈ, ਖੜਾ ਵਾ ਉਦੋਂ ਦਾ। ਅੱਛਾ ਬਸ ਉਦੋਂ ਦਾ ਖੜਾ, ਹਾਂ ਜੰਡ ਇਹ ਇੰਨਾ ਪੁਰਾਣਾ। ਹਾਂਜੀ ਇਹ ਕੀ ਲਿਖਿਆ ਹੋਇਆ ਤੁਹਾਨੂੰ ਤਾਂ ਪੜ੍ਹਨਾ ਆਉਂਦਾ ਹੋਊਗਾ, ਇਹਨਾਂ ਦੀ ਲੈਂਗੁਏਜ 'ਚ ਲਿਖਿਆ ਹੋਇਆ ਉੱਪਰ ਥੱਲੇ ਅੰਗਰੇਜ਼ੀ 'ਚ। ਉਹਨਾਂ ਦੀ ਦਾਸਤਾਨ ਲਿਖੀ ਹੈ ਨਾ ਮਿਰਜ਼ਾ ਸਾਹਿਬਾਂ। ਅੱਛਾ ਮਿਰਜ਼ਾ ਸਾਹਿਬਾਂ ਦੀ ਵੀ ਕਿਵੇਂ ਸੀ, ਆਹ ਦੇਖਿਓ ਲਿਖਿਆ ਹੋਇਆ ਲੈਜੈਂਡਰੀ ਜੰਡ ਟ੍ਰੀ, ਮਤਲਬ ਇਹ ਜੰਡ ਸੀਗਾ ਜਿੱਥੇ ਮਿਰਜ਼ੇ ਨੂੰ ਵੱਢਿਆ ਸੀਗਾ, ਹੈ। ਅੱਛਾ ਇਹ ਜੰਡ ਥੱਲੇ ਵੱਢਿਆ ਸੀ, ਇਹ ਜੰਡ ਸੀ, ਇਹ ਜੰਡ। ਇੱਥੇ ਇੱਥੇ ਤੀਰ ਸੀ ਜਿਹੜੇ ਸਾਹਿਬਾਂ ਨੇ ਤੋੜਤੇ ਸੀਗੇ। ਹਾਂਜੀ ਹਾਂਜੀ ਹਾਂਜੀ, ਸਾਹਿਬਾਂ ਨੇ ਸਾਰੇ ਤੀਰ ਇੱਥੇ ਤੋੜੇ ਆ, ਇੱਥੇ ਇੱਥੇ ਇੱਥੇ, ਉਹ ਜਗ੍ਹਾ ਜੇ। ਪੁਰਾਣੀਆਂ ਚੀਜ਼ਾਂ ਦੇਖ ਲਓ ਆ ਸਾਰੀਆਂ, ਹੁਣ ਤੱਕ ਨਾ ਅਸੀਂ ਪੰਜਾਬੀ ਲਿਟਰੇਚਰ 'ਚ ਆਪਾਂ ਪੜ੍ਹਦੇ ਹਾਂ ਸਾਰੇ ਇਹ ਕਿੱਸੇ ਪੰਜਾਬੀ ਲਿਟਰੇਚਰ 'ਚ, ਪਰ ਹਾਂਜੀ ਗਾਣਿਆਂ 'ਚ ਸੁਣਦੇ ਹਾਂ, ਮਿਰਜ਼ਾ ਹਰੇਕ ਗਾਉਂਦਾ ਹਰੇਕ ਗਾਇਕ, ਪਰ ਇਹਨਾਂ ਦੀ ਜਗ੍ਹਾ ਜਿਹੜੀ ਅਤੇ ਅੱਜ ਦੇਖਣੀ ਨਸੀਬ ਹੋਈ ਹੈ ਅਤੇ ਇੱਥੇ ਆ ਕੇ ਦੇਖੀ ਆ ਸਾਰੀ ਜਗ੍ਹਾ। ਆਹ ਤੁਹਾਨੂੰ ਅੰਦਰ ਲੈ ਕੇ ਚੱਲਦੇ ਜਿੱਥੇ ਕਬਰ ਬਣੀ ਹੈ ਨਾ ਉਹਨਾਂ ਦੀ। ਹਾਂਜੀ ਇਹਦੇ ਅੰਦਰ, ਹਾਂਜੀ ਦੋਨਾਂ ਦੀ ਇੱਥੇ ਹੀ, ਦੋਨਾਂ ਦੀ ਕਬਰ ਇਕੱਠੀ ਇੱਥੇ, ਇੱਥੇ ਹੀ ਉਹਨਾਂ ਨੇ ਕਤਲ ਕੀਤਾ ਸੀ ਤੇ ਇੱਥੇ ਹੀ ਫਿਰ ਨਾਪਤਾ ਸੀ। ਸਾਹਿਬਾਂ ਦੇ ਜਿਹੜੇ ਭਾਈ ਸੀ ਉਹਨਾਂ ਨੇ ਮਤਲਬ ਇੱਥੇ ਆ ਕੇ ਘੇਰਿਆ ਸੀ ਸਾਰਾ, ਇੱਥੇ ਘੇਰਿਆ, ਇੱਥੇ ਸਾਹਿਬਾਂ ਨੇ ਤੀਰ ਤੋੜਤੇ, ਹਾਂ ਤੇ ਮਿਰਜ਼ਾ ਮਾਰਿਆ ਗਿਆ, ਹਾਂ ਤੇ ਸਾਹਿਬਾਂ ਨੂੰ ਵੀ। ਅੱਛਾ ਸਾਹਿਬਾਂ ਨੂੰ ਵੀ ਮਾਰਤਾ ਸੀ, ਹਾਂ ਸਾਹਿਬਾਂ ਨੂੰ ਵੀ ਨਾਲ ਹੀ ਮਾਰਤਾ ਸੀ। ਹਾਂ ਹਾਂ ਸਾਹਿਬਾਂ ਨੂੰ ਫਿਲਮਾਂ 'ਚ ਤਾਂ ਉਹਨੂੰ ਜਿਉਂਦੀ ਦਿਖਾਉਂਦੇ ਆ, ਤੇ ਦੇਖੋ ਜੀ ਇਹ ਸਾਰਾ ਆਲਾ ਦੁਆਲਾ ਇਹ ਬਣੀ ਹੋਈ ਆ ਯਾਦਗਾਰ ਜਿਹੜੀ ਆ ਸਾਰੀ ਹੈਗੀ। ਅੰਦਰੋਂ ਤੁਹਾਨੂੰ ਦਿਖਾਉਂਦੇ ਇੱਥੇ ਜਿਹੜੀਆਂ ਯਾਦਗਾਰਾਂ ਅੰਦਰ ਬਣੀਆਂ ਹੋਈਆਂ ਨਾ, ਇਹ ਕਿੰਨਾ ਕਿਰਿਆ ਤਿੰਨ ਨੇ ਜੀ, ਇਹ ਤਾਂ ਕਬਰਾਂ ਕਬਰ ਕਹਿ ਸਕਦੇ ਹਾਂ। ਹਾਂਜੀ ਹਾਂਜੀ ਕਬਰ, ਕਬਰ ਹੀ ਹੁੰਦੀ ਹੈ ਨਾ। ਹਾਂਜੀ ਕਬਰ, ਇਹ ਸਾਹਿਬਾਂ ਦੀ ਕਬਰ ਹੈ ਜੀ, ਸਾਹਿਬਾਂ ਦੀ। ਅੱਛਾ ਜਿਹੜਾ ਕਿੱਸਾ ਦੇਖੋ ਲਿਖਿਆ, ਡੇਟ ਵੀ ਲਿਖੀ ਹੋਈ ਹੈ, ਹਾਂ 1618 1586 ਤੋਂ ਲੈ ਕੇ 1618 ਦਾ ਕਿੱਸਾ ਇਹ। ਹਾਂਜੀ ਤੇ ਉਧਰ ਮਿਰਜ਼ੇ ਜੱਟ ਦੀ, ਆ ਮਿਰਜ਼ੇ ਜੱਟ ਦੀ ਆ, ਉਹ ਮਿਰਜ਼ੇ ਜੱਟ ਦੇ ਬਾਪੂ ਜੀ ਦੇ ਨਾਲ। ਅੱਛਾ ਉਹ ਬਾਪੂ ਜੀ ਦੀ ਵੀ ਨਾਲ ਬਣਾਈ ਹੈ, ਇਹ ਬਾਅਦ 'ਚ ਬਾਪੂ ਜੀ ਫੌਤ ਹੋਏ ਸੀ ਉਹਨਾਂ ਨੇ ਫਿਰ ਇੱਥੇ ਹੀ ਬਣਾ ਦਿੱਤੀ ਨਾਲ। ਅੱਛਾ ਬਾਪੂ ਜੀ ਬਾਅਦ 'ਚੋਂ ਗੁਜਰੇ ਆ। ਹਾਂਜੀ ਇਹ ਦੇਖੋ ਜੀ ਇਹ ਆ ਗਈਆਂ ਕਬਰਾਂ ਜਿਹੜੇ ਕਿੱਸੇ ਆਪਾਂ ਸੁਣਦੇ ਹਾਂ, ਮਿਰਜ਼ਾ ਜੱਟ ਅਤੇ ਸਾਹਿਬਾਂ। ਬਾਹਰ ਜਾ ਕੇ ਨਾ ਇੱਕ ਇੱਥੇ ਬਾਪੂ ਰਹਿੰਦੇ ਆ, ਉਹ ਕਿੰਨੇ ਟਾਈਮ ਤੋਂ ਤੁਸੀਂ ਕਹਿੰਦੇ ਸੀ ਉਹਨਾਂ, ਉਹ ਕਿੱਸੇ ਵੀ ਦੱਸ ਦਿੰਦੇ ਆ ਨਾ ਉਹ ਕੀ ਜਿਹੜੇ ਬਾਪੂ ਬਾਹਰ ਬੈਠੇ ਸੀਗੇ। ਹਾਂਜੀ ਹਾਂਜੀ ਉਹ ਇਹਨਾਂ ਦੀਆਂ ਅਗਲੀਆਂ ਪੀੜ੍ਹੀਆਂ 'ਚੋਂ ਨੇ ਬਾਬਾ ਜੀ, ਇਹਨਾਂ ਦੀ ਅਗਲੀਆਂ ਪੀੜ੍ਹੀਆਂ 'ਚੋਂ ਨੇ। ਹਾਂਜੀ ਹਾਂਜੀ ਰਿਸ਼ਤੇਦਾਰ ਨੇ, ਰਿਸ਼ਤੇਦਾਰ ਨੇ ਮਿਰਜ਼ੇ ਦੇ। ਹਾਂ ਠੀਕ, ਤੇ ਸਾਡਾ ਵੀ ਗੋਤ ਇਹੀ ਆ, ਮਿਰਜ਼ਾ ਵੀ ਖਰਲ ਜੱਟ ਸੀ, ਮੈਂ ਵੀ ਖਰਲ ਜੱਟ ਆ। ਓ ਵਾਹ, ਤਾਂ ਸੈਮੀ ਜੱਟ ਕਹਿੰਦੇ ਆ, ਕੀ ਬਾਤ ਹੈ ਯਾਰ। ਅੱਛਾ ਤੇ ਉਹ ਸਾਹਮਣੇ ਨਾ ਤਸਵੀਰ ਆਇਆ, ਤੁਹਾਨੂੰ ਸ਼ੇਰ ਵੀ ਲਿਖੇ ਇਹਦੇ ਬਾਰੇ ਦੇਖ ਲੈਂਦੇ। ਮਿਰਜ਼ੇ ਦਾ ਮਤਲਬ ਘੋੜੀ ਹੈ ਮਿਰਜ਼ੇ ਦੀ ਇਹ, ਤੇ ਆਹ ਕੀ ਲਿਖਿਆ ਹੋਇਆ ਸੈਮੀ, ਤੇ ਆਹ ਕੁਛ ਲਿਖਿਆ ਹੈਗਾ, ਹਾਂਜੀ ਮੈਂ ਤਾਲਬ ਨੋਸ਼ੋ ਪੀਰ ਦਾ। ਅੱਛਾ ਮੇਰੀ ਕੁੰਡੀ ਦਸਤਗੀਰ, ਜਦੋਂ ਦੀ
ਘੋੜੀ ਪਕੜ ਲਈ ਮੇਰਾ ਕੰਬਿਆ ਨਹੀਂ ਉਹ ਤੀਰ ਮੇਰਾ ਕੰਬਿਆ ਨਹੀਂ ਉਹ ਸਰੀਰ ਵਾਹ ਕੀ ਬਾਤ ਹੈ ਅਖੀਰ ਤੇ ਇਧਰਲੇ ਪਾਸੇ ਵੀ ਸਾਰਾ ਕਿੱਸਾ ਲਿਖਿਆ ਹੋਇਆ ਇਹਨਾਂ ਨੇ ਮਿਰਜ਼ਾ ਸਾਹਿਬਾਂ ਦਾ ਅਤੇ ਇਹ ਇਹਨਾਂ ਦੀ ਲੈਂਗੁਏਜ 'ਚ ਲਿਖਿਆ ਹੋਇਆ ਸਾਰਾ ਅਤੇ ਹੁਣ ਅਸੀਂ ਬਾਹਰ ਜਾ ਕੇ ਸੈਮੀ ਸਾਨੂੰ ਸਾਰਾ ਸੁਣਾ ਦੇਣਗੇ ਦੱਸ ਦੇਣਗੇ ਵੀ ਅੰਦਰਲੇ ਪਾਸੇ ਪੂਰਾ ਕਿੱਸਾ ਕੀ ਸੀ ਨਾਲ ਹੀ ਅਸੀਂ ਤੁਹਾਨੂੰ ਸੁਣਾ ਦੇਣਾ ਗਾ ਵੀ ਕਿਵੇਂ ਸੀ ਸਾਰੀ ਦਾਸਤਾਨ ਸੀ ਅਤੇ ਇੱਕ ਗੱਲ ਦੇਖੋ ਯਾਰ ਅਤੇ ਜਿਹੜੀ ਇਹਨਾਂ ਦੀ ਡੈਥ ਡੇਟ ਹੈ ਨਾ ਉਹ ਸੇਮ ਆ ਇੱਥੇ ਜਿਵੇਂ ਆ ਸਾਹਿਬਾਂ ਦੀ ਕਬਰ 'ਤੇ ਤੁਸੀਂ ਦੇਖੋ 18/3/1618 ਅਤੇ 18 ਮਾਰਚ ਉੱਧਰ ਮਿਰਜ਼ੇ ਜੱਟ 'ਤੇ ਲਿਖਿਆ ਗਿਆ 18/3/1618 ਅਤੇ ਜਿਹੜਾ ਮਿਰਜ਼ਾ ਸੀਗਾ ਮਿਰਜ਼ਾ 1 ਸਾਲ ਨਿੱਕਾ ਸੀਗਾ ਸਾਹਿਬਾਂ ਤੋਂ ਉਹਨਾਂ ਦਾ ਡੇਟ ਆਫ ਬਰਥ 87 ਦੀ ਹੈ ਅਤੇ ਇਹਨਾਂ ਦੀ 86 ਦੀ ਹੈ ਅਤੇ 1 ਸਾਲ ਜਾਂ ਕੁਛ ਮਹੀਨੇ ਲਾ ਲਓ ਅਤੇ ਇਹ ਆਲਾ ਦੁਆਲਾ ਸੀਗਾ ਸਾਰਾ ਜਿਹੜਾ ਤੁਹਾਨੂੰ ਅੰਦਰੋਂ ਦਿਖਾਉਣਾ ਸੀ ਸੈਮੀ ਇਹ ਖਰਲ ਗੋਤ ਹੈ ਜਿਹੜਾ ਖਰਲ ਕਬਰ 'ਤੇ ਲਿਖਿਆ ਹੋਇਆ ਆਪਣੇ ਹਾਂਜੀ ਗੋਤ ਹੈ ਜਿਵੇਂ ਜੱਟਾਂ ਦੀ ਕਾਸਟਾਂ ਕਹਿ ਲੈਂਦੇ ਨਾ ਆਪਾਂ ਸੰਧੂ ਚੀਨੇ ਚੱਠੇ ਏਦਾਂ ਮਿਰਜ਼ੇ ਨੂੰ ਨਾਪਤਾ ਸੀ ਨਾ ਇੱਥੇ ਲੋਕਾਂ ਨੇ ਨਾਪਤਾ ਸੀ ਜਦੋਂ ਨੇ ਮਾਰਤਾ ਸੀ ਮਿਰਜ਼ਾ ਲੋਕਾਂ ਨੇ ਇੱਥੇ ਨਾਪਤਾ ਵੀ ਆਸ਼ਕ ਨੇ ਮਿਰਜ਼ੇ ਦਾ ਜਿਹੜਾ ਪਿੰਡ ਦਾ ਹੀ ਸੀ ਨਾ ਦਾਨਾਬਾਦ ਦਾਨਾਬਾਦ ਪਿੰਡ ਇਸੇ ਪਿੰਡ ਦਾ ਹੀ ਮਤਲਬ ਹੈਗਾ ਸੀਗਾ ਹਾਂ ਤੇ ਘੋੜੀ ਦਾ ਦੱਸਦੇ ਆ ਵੀ ਬੱਕੀ ਦਾ ਵੀ ਬੱਕੀ ਇੱਥੇ ਹੀ ਨਾ ਕਬਰ ਦੇ ਆਲੇ ਦੁਆਲੇ ਰਹਿੰਦੀ ਸੀ ਰੋਂਦੀ ਰਹਿੰਦੀ ਸੀ ਲੋਕਾਂ ਨੇ ਜਦੋਂ ਪਿਆਰ ਦੇਖਿਆ ਲੋਕਾਂ ਨੇ ਫਿਰ ਬੱਕੀ ਦੀ ਕਬਰ ਵੀ ਇੱਥੇ ਬਣਾ ਦਿੱਤੀ ਯਾਦਗਾਰ ਲਿਖਿਆ ਆ ਇਹ ਦੇਖੋ ਬਈ ਤੇ ਆ ਬੱਕੀ ਲਿਖਿਆ ਹੋਇਆ ਮਿਰਜ਼ੇ ਦੀ ਬੱਕੀ ਹੁੰਦੀ ਸੀ ਜਿਹੜੀ ਆ ਬੱਕੀ ਦੀ ਜਿਹੜੀ ਕਬਰ ਹੈ ਇਹ ਵੀ ਬਣੀ ਹੋਈ ਹੈ ਇਹ ਇੱਥੇ ਲਿਖਿਆ ਫੇਵਰੇਟ ਮੇਅਰ ਆਫ ਮਿਰਜ਼ਾ ਇਹਦੀ ਵੀ 1618 ਅੰਦਰ ਤੁਹਾਨੂੰ ਮਿਰਜ਼ਾ ਸਾਹਿਬਾਂ ਦੀ ਵੀ 1618 ਡੇਟ ਦਿਖਾਈ ਹੈ ਅਤੇ ਜਿਹੜੇ ਆ ਬੱਕੀ ਦੀ ਕਬਰ ਹੈ ਇਹਦੀ ਵੀ 1618 ਡੇਟ ਹੈ ਸਾਰਾ ਕਿੱਸਾ ਉਦੋਂ ਦੀ ਹੈ ਅਤੇ ਇਹ ਪਿਛਲਾ ਪਾਸਾ ਆ ਗਿਆ ਜੀ ਯਾਦਗਾਰ ਦਾ ਸਮਾਧ ਦਾ ਜਿਹੜਾ ਪਿਛਲਾ ਪਾਸਾ ਆ ਗਿਆ ਬਾਕੀ ਯਾਰ ਨਾ ਇੱਕ ਖੂਬਸੂਰਤੀ ਇੱਥੇ ਦੇਖਣ ਨੂੰ ਮਿਲਦਾ ਸਾਰਾ ਤੇ ਜਿਹੜਾ ਪੁਰਾਣਾ ਬਾਬਾ ਕਹਿੰਦੇ ਬਜ਼ੁਰਗ ਕਹਿੰਦੇ ਕਿਹੜੇ ਪਾਸੇ ਉਹ ਹਾਂਜੀ ਹਾਂਜੀ ਇੱਧਰ ਬਜ਼ੁਰਗ ਨਾਲ ਵੀ ਤੁਹਾਨੂੰ ਮਿਲਾਨੇ ਆ ਅੱਛਾ ਅੱਛਾ ਠੀਕ ਆ ਔਰ ਰਿਸ਼ਤੇਦਾਰ ਆ ਅੱਛਾ ਰਿਸ਼ਤੇਦਾਰ ਇਹਨਾਂ ਦੀ ਪੀੜੀ ਚੋਂ ਅੱਛਾ 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 ਠੀਕ ਆ ਤੇ ਉਦੋਂ ਕਦੋਂ ਤੋਂ ਇੱਥੇ ਰਹਿੰਦੇ ਆ ਹੁਣ ਇਹ ਪਿੰਡ ਆ ਨਾ ਨਾਲ ਮਿਰਜ਼ੇ ਦਾ ਹਾਂ ਤਾਂ ਮੈਨੂੰ ਪਤਾ ਮਿਰਜ਼ੇ ਦਾ ਪਿੰਡ ਦਾਨਾਬਾਦ ਮਤਲਬ ਰਿਸ਼ਤੇਦਾਰ ਰਹਿੰਦਾ ਪੱਕਾ ਹੀ ਇੱਥੇ ਰਹਿੰਦਾ ਹਾਂ ਹਾਂ ਇੱਥੇ ਉਹ ਬਾਬਾ ਇੱਥੇ ਰਹਿੰਦਾ ਵਾ ਬਾਬੇ ਦੀ ਇੱਥੇ ਡਿਊਟੀ ਲੱਗੀ ਸੇਵਾ ਕਰਦਾ ਠੀਕ ਹੈ ਇੱਥੇ ਸਫਾਈ ਸਫੂਈ ਆਪਣਾ ਸਾਰਾ ਸਿਸਟਮ ਠੀਕ ਹੈ ਅਤੇ ਇਹ ਆ ਗਿਆ ਜੀ ਸਾਹਮਣੇ ਵਾਲੇ ਪਾਸੇ ਵੈਸੇ ਬਣਾਇਆ ਹੋਇਆ ਕੋਠਾ ਵਗੈਰਾ ਅਤੇ ਆਹ ਪੁਰਾਣਾ ਬੋਰਡ ਪਿੱਪਲ ਇਹ ਵੀ ਇਹਨਾਂ ਦੀ ਵੀ ਉਮਰ ਬੜੀ ਹੁੰਦੀ ਹੈ 250-300 ਸਾਲ ਦੱਸਦੇ ਆ ਹੈ ਨਾ ਅਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਬਾ ਜੀ ਕੋਲ ਆਹ ਬਜ਼ੁਰਗ ਨੇ ਜੀ ਬਾਬਾ ਜੀ ਕੀ ਹਾਲ ਹੈ ਠੀਕ ਠਾਕ ਜੇ ਬਾਬਾ ਜੀ ਕੀ ਲੱਗਦੇ ਜੇ ਜਟਕੀ ਜਵਾਨ ਮੰਨਿਆ ਜਾਂਦੀ ਹਾਂਜੀ ਜਟਕੀ ਲੈ ਜੇ ਥੋੜੇ ਜੇ ਸਰਜੇ ਦੀ ਡੇਕ ਤੋਂ ਲੰਘਦੇ ਬੈਠੀ ਤੇ ਗਰਜੇ ਦੀ ਅਸੀਂ ਡੇਕ ਤੋਂ ਚੜ੍ਹਦੇ ਨਨਕਾਣਾ ਸਾਹਿਬ ਦੀ ਅਦੂਦ ਹੈ ਠੀਕ ਹੈ ਠੀਕ ਇਹਨੇ ਵਿਰਾਸ ਦੀ ਸਾਈ ਬਾਤ ਬੈਠੀ ਆਪਣੀ ਠੀਕ ਹੈ ਤੇ ਤੁਸੀਂ ਕੀ ਲੱਗੇ ਹੁਣ ਇਸ ਟਾਈਮ ਅਸੀਂ ਦਾਦਾ ਹੀ ਇਹਨੂੰ ਸਦਨ ਦਾਦਾ ਠੀਕ ਤੁਹਾਡਾ ਦਾਦਾ ਵਾ ਠੀਕ ਹੈ ਲੋ ਜੀ ਮਿਰਜ਼ੇ ਦੀ ਹਾਂ ਗਾਂ
ਪੀੜੀ ਚੋਂ ਹੈ ਜੀ ਬਾਬਾ ਜੀ ਜਦ ਬਾਪ ਤੋਂ ਲੱਗ ਤੇ ਮੇਰੇ ਤਾਂ ਨਾਮੀ ਪੀੜੀ ਹੈ ਹਾਂ ਨਾਮੀ ਮੇਰਾ ਪੋਤਾ ਤੇ ਤੁਸੀਂ ਇੱਥੇ ਹੀ ਰਹਿੰਦੇ ਜੀ ਜੋ ਕਾਰੋਬਾਰ ਹੈ ਜੀ ਦਾ ਆਪਣੇ ਕੋਲ ਕਾਲੀ ਫੱਟੀ ਆਪਣੀ ਆ ਬਾਹਰ ਲੱਗੀ ਹੋਈ ਠੀਕ ਹੈ ਠੀਕ ਬਲੈਟ ਮੁੱਖੇ ਦੱਸਾ ਹੈ ਕਿੱਡੀ ਰਸ਼ੀਨ ਖਿਦਾਰੀ ਅੱਜ ਮੇਰਾ ਪੋਤਰੀ ਦਾ ਫੋਨ ਨੰਬਰ ਠੀਕ ਹੈ ਸੈਮੀ ਨੇ ਨਾ ਹਿਸਟਰੀ ਸਾਰੀ ਮਤਲਬ ਬਾਬਾ ਜੀ ਤੋਂ ਪੁੱਛ ਲਈ ਕੀ ਲੱਗਦੇ ਆ ਕਿਵੇਂ ਆ ਤੇ ਕਹਿੰਦੇ ਵੀ ਜਿਹੜੇ ਜੰਡ ਥੱਲੇ ਮਤਲਬ ਮਿਰਜ਼ਾ ਵੱਢਿਆ ਗਿਆ ਸੀਗਾ ਉਸੇ ਜੰਡ ਥੱਲੇ ਜਾ ਕੇ ਕਹਿੰਦੇ ਸਾਰੀ ਸੁਣਾਉਣੀ ਹੈ ਤੇ ਇਹ ਬਾਈ ਜੀ ਦਾ ਫਿਰ ਮਿਹਰਬਾਨੀ ਹੈ ਵੀਡੀਓ 'ਚ ਘੱਟ ਆਉਂਦੇ ਆਪਦਾ ਵਲੌਗ ਬਣਾਉਂਦੇ ਰਹਿੰਦੇ ਨਾ ਸਾਡੇ ਨਾਲ ਘੱਟ ਵਿਚਰਦੇ ਆ ਤੇ ਚਲੋ ਹੁਣ ਜੰਡ ਕੋਲੇ ਦਾਸਤਾਨ ਸੁਣ ਲਈਏ ਮਿਰਜ਼ੇ ਦੀ ਜਿਹੜੀ ਦਾਸਤਾਨ ਸੀਗੀ ਉਹ ਕਿਹੋ ਜਿਹੀ ਸੀ ਉਹ ਸੈਮੀ ਬਾਈ ਸੁਣਾਊਗਾ ਆਪਾਂ ਨੂੰ ਜੰਡ ਦਾ ਰੁੱਖ ਜਦੋਂ ਮਿਰਜ਼ਾ ਆਇਆ ਹੈ ਨਾ ਹਾਂਜੀ ਇਹ ਦਾਨਾਬਾਦ ਦਾ ਜੰਮਾ ਹੈ ਰਾ ਰਾਮੂ ਵੱਡਾ ਰਾ ਵਿਜਲ ਨਿੱਕਾ ਰਾ ਜਲਾਲ ਦੇ ਪੋਤਰਾ ਸਹੀ ਖਰਾ ਜੱਟ ਠੀਕ ਹੈ ਇਹ ਜਗੀਰ ਅਕਬਰ ਬਾਦਸ਼ਾਹ ਦੇ ਦੌਰੇ 'ਚ ਨੰਦੀ ਆਈ ਅਕਬਰ ਬਾਦਸ਼ਾਹ ਦਾ ਟਾਈਮ ਸੀਗਾ ਜਿਹੜਾ ਮਿਰਜ਼ੇ ਦਾ ਟਾਈਮ ਪੀਰੀਅਡ ਹੈ ਹਾਂ ਦੁੱਲਾ ਪੱਟੀ ਪਿੰਡੀ ਦੁੱਲਾ ਪੱਟੀ ਹਾਂ ਪਿੰਡੀ ਪੱਟੀਆਂ ਜਿਆਦਾ ਇਹ ਪੀਰ ਭਾਈ ਐਂਡ ਹਜ਼ਰਤ ਇਹ ਸਾਰੇ ਇੱਕੋ ਟਾਈਮ 'ਚ ਹੋਏ ਨੇ ਕਿਸੇ ਇੱਕੇ ਟਾਈਮ ਹੈ ਹਾਂ ਤੇ ਆ ਜਾਂਡੇ ਜਾਣਾ ਦਾਨਾਬਾਦ ਦੇ ਸੁਖਾਨ ਖੀਵਾ ਮਾਣੀਆਂ ਸਿਆਲ ਦਾ ਮਾਮਾ ਹੈ ਮਾਮੇ ਦੀ ਕੁੜੀ ਸੋ ਠੀਕ ਹੈ ਉੱਥੇ ਰਲ ਤੇ ਪੜ੍ਹਦੇ ਖਾਨ ਖੀਵੇ ਦੀ ਖੀਵੇ ਖਾਨ ਦੀ ਸੀ ਨਾ ਧੀ ਤੇ ਖਾਨ ਖੀਵਾ ਇਹਦਾ ਮਾਮਾ ਹੈ ਮਿਰਜ਼ੇ ਦਾ ਸਾਹਿਬ ਨਹੀਂ ਸਾਹਿਬਾਂ ਸੀ ਖੀਵੇ ਖਾਨ ਦੀ ਧੀ ਸੀ ਧੀ ਆ ਇਹਨਾਂ ਦਾ ਹੀਰ ਨਾਲ ਕੀ ਰਿਸ਼ਤਾ ਸੀ ਹੀਰ ਨਾਲ ਰਿਸ਼ਤਾ ਹੀ ਮੰਨਿਆ ਜਾਂਦਾ ਵੀ ਭਤੀਜੀ ਸੀ ਪਤਾ ਨਹੀਂ ਉਹ ਜੀ ਭਤੀਜੀ ਦੱਸ ਲੈਣ ਪਰ ਉਹ ਮਾਰ ਚੂਚਕ ਦੀ ਧੀ ਹੈ ਹੀਰ ਅੰਜੇ ਦੀ 4 ਸਦੀਆਂ ਪਹਿਲਾਂ ਦਾ ਵੇਖਿਆ ਇਹ ਉਹ ਚੂਚਕ ਦੀ ਧੀ ਹੈ ਇਹ ਖਾਨ ਖੀਵੇ ਦੀ ਧੀ ਇਹ ਖਾਨ ਖੀਵੇ ਦੀ ਧੀ ਹੈ ਨੇ ਦੋਵੇਂ ਹੈ ਸਿਆਲਾਂ ਦੇ ਸੀ ਸਿਆਲਾਂ ਦੀ ਸਿਆਲਾਂ ਦੀਆਂ ਸੀ ਦੋਨੇ 850 ਸਾਲ ਗੁਜ਼ਰ ਗਿਆ ਹੈ ਮਿਰਜ਼ੇ ਨੂੰ 450 ਸਾਲ ਗੁਜ਼ਰ ਗਿਆ ਉਹ 4 ਸਦੀਆਂ ਠੀਕ ਹੈ ਪਹਿਲਾਂ ਦਾ ਵੇਖਿਆ ਤਾਂ ਜੋ ਮੈਂ ਕਿਹਾ ਗਾਣਾ ਸੁਣਦੇ ਹੁੰਦੇ ਆ ਸਾਹਿਬਾਂ ਵਿੱਚ ਸਿਆਲਾਂ ਦੇ ਐ ਕਰਕੇ ਹਾਂ ਸਿਆਲਾਂ ਦੀ ਬਿਲਕੁਲ ਜੀ ਬੜਾ ਸਰਦਾਰਾਂ ਗਾਇਆ ਹੈ ਹਾਂਜੀ ਹਾਂਜੀ ਜਦੋਂ ਦਿੱਲੀ ਪੁਰਾਣੀ ਦੀ ਕੁੱਪੀ ਚੁੱਟੀ ਆ ਸੋ ਨਾ 12 ਬਾਸਾਂ ਤੇ ਹਾਂਜੀ ਹਾਂਜੀ ਪੁਰਾਣੀ ਦਿੱਲੀ ਦੇ ਦਰਵਾਜ਼ੇ 'ਚ ਉਸ ਦੌਰ ਲਿਖਿਆ ਗਿਆ ਵੀ ਮਿਰਜ਼ਾ ਖਰੌਲ ਜੱਟ ਇੱਕ ਲੰਬਰ ਆਇਆ ਜਿਹੜਾ ਸਰਦਾਰਾਂ ਦੀ ਆਇਤ ਪਿੱਛੇ ਫਿਲਮ ਬਣਾਈ ਮਿਰਜ਼ਾ ਜੱਟ ਹਾਂਜੀ ਤੇ ਗੰਦੇ ਵੀ ਬਹੁਤ ਸੋਹਣਾ ਹੈ ਹਾਂਜੀ ਹਾਂ ਸਹੀ ਇਹ ਉਸ ਦੌਰ ਦਾ ਜੀ ਬਾਈ ਅੱਛਾ ਤੁਸੀਂ ਹੁਣ ਕਿਹੜੀ ਉਹਨਾਂ ਦੀ ਤੁਹਾਡੇ ਕੀ ਲੱਗਦੇ ਸੀਗੇ ਇਹਦੇ ਜਿਹੜੇ ਜੀ ਇਹ ਆ 5 ਭੈਣ ਵੀਰਾ ਮਿਰਜ਼ਾ ਸਰਜਾ ਗਰਜਾ ਨੂਰ ਸਮਾਂਦ ਪੰਜਵੀਂ ਭੈਣ ਛੱਤੀਆਂ ਨੇ ਇਹ ਚੌਂ ਭੈਣ ਵੀਰਾਂ ਤੋਂ ਪੰਜਵੀਂ ਥਾਂ ਤੇ ਰਿਸ਼ਤੇਦਾਰੀ ਚੋਂ ਮਤਲਬ ਹਾਂ ਰਿਸ਼ਤੇਦਾਰੀਆਂ ਦੇ ਤਿੰਨਾਂ ਵੀਰਾਂ ਦੀ ਗੱਲ ਨਸਲ ਅਸੀਂ ਲੱਗੇ ਮੈਂ ਮਿਰਜ਼ੇ ਜਾਂਦੇ ਲੈ ਵੀ ਹੁਣ ਸੈਮੀ ਸਾਨੂੰ ਜਿਹੜਾ ਕਿੱਸਾ ਸੁਣਾਊਗਾ ਗਾ ਕੇ ਮਿਰਜ਼ੇ ਜੱਟ ਦਾ ਕਿ ਜਿਹੜਾ ਮਿਰਜ਼ੇ ਜੱਟ ਦਾ ਕਿੱਸਾ ਸੀਗਾ ਉਹ ਪੂਰਾ ਲੈ ਵੀ ਮਿੱਤਰਾ ਬਹੁਤ ਸ਼ਾਰਟ ਚ ਤੇ ਜਲਦੀ ਸਾਰਾ ਸੁਣਾ ਦੇ ਬਹੁਤ ਕੁਝ ਕਿਸਮਤ ਹੈ ਜੀ ਅੱਗੇ ਸੁਣਾਉਂਦੇ ਰਹੀ ਤੁਸੀਂ ਵੀ ਸੁਣ ਲਓ ਸੁਣਾਉਂਦੇ ਰਹੀਦਾ ਅੱਗੇ ਬੈਠ ਕੇ ਮਹਿਫਲਾਂ 'ਚ ਤੇ ਅੱਜ ਉਸੇ ਹੀ ਜਗ੍ਹਾ ਤੇ ਜਿਹੜੀ ਜਗ੍ਹਾ ਦਾ ਕਿੱਸਾ ਆ ਇਹ ਉਸੇ ਜੰਡ ਥੱਲੇ ਹਾਂਜੀ ਬਹੁਤ ਵਧੀਆ ਜਿਹੜੇ ਮੰਨੇ ਜਾਂਦੇ ਸੀ ਰਾਈਟਰ ਦੇਵ ਤਰੀਕੇ ਹਾਂਜੀ ਇੰਡੀਆ 'ਚੋਂ ਉਹਨਾਂ ਨੇ ਇਹ ਲਫ਼ਜ਼ਾਂ 'ਚ ਪਰੋਇਆ ਉਹਨਾਂ ਨੇ ਲਫ਼ਜ਼ਾਂ 'ਚ ਪਰੋਇਆ ਤੇ ਕੁਲਦੀਪ ਮਾਨਕ ਸਾਹਿਬ ਨੇ ਇਹ ਗਾਇਆ ਸੀ ਤੇ ਅੱਜ ਤੁਹਾਨੂੰ ਮੈਂ ਸੁਣਾਊਂਗਾ ਹਾਂ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜੰਡ ਤੇ ਆਣ ਹਾਂ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਜੰਡ ਤੇ ਆਣ ਉਹਦੀ ਚੁੰਝ 'ਚ ਅੰਬੀ ਦੇਖਦੀ ਹਾਂ ਦੇਖਦੀ ਕਹਿੰਦੇ ਸਹਿਬਾ ਨਾਲ ਤੇ ਆਣ ਸੋਚੇ ਖੀਵੇ ਖਾਣ ਦੀ ਛੋਕਰੀ ਅੱਜ ਜੱਟ ਦੀ ਪਰਖਾ ਜਾਣ ਸੋਚੇ ਖੀਵੇ ਖਾਣ ਦੀ ਛੋਕਰੀ ਅੱਜ ਜੱਟ ਦੀ ਪਰਖਾ ਜਾਣ ਅੱਜ ਅੰਬੀ ਮੈਂ ਹਾਂ ਚੁੱਪਣੀ ਹਾਂ ਚੁੱਪਣੀ ਸਹਿਬਾਂ ਕਰਦੀ ਹੈ ਫਰਮਾਨ ਕਹਿੰਦੀ ਤੀਰ ਅੰਬੀ ਵਿੱਚ ਮਾਰ ਤੂੰ ਵੇ ਮੈਂ ਤੇਰੇ ਤੋਂ ਕੁਰਬਾਨ ਕਹਿੰਦੀ ਤੀਰ
ਤੋਤਾ ਉੱਡ ਜਾਏ ਅੰਬਰੀ, ਹਾਂ ਅੰਬਰੀ, ਇਹਦੇ ਜੱਟਾ ਬਚਨ ਪਰਾਣ, ਪੱਤਾ ਇੱਕ ਨਾ ਝੜੇ ਵੇ ਜੰਡ ਦਾ, ਅੱਜ ਉਸੇ ਜੰਡ ਥੱਲੇ ਖੜੇ ਆ। ਅੱਛਾ, ਇਹ ਇਹ ਜੰਡ ਥੱਲੇ ਗਏ, ਪੱਤਾ ਇੱਕ ਨਾ ਝੜੇ, ਹੋ ਪੱਤਾ ਇੱਕ ਨਾ ਝੜੇ ਵੇ ਜੰਡ ਦਾ, ਇਹਦਾ ਹੋਵੇ ਨਾ ਨੁਕਸਾਨ, ਹੋ ਜੱਟ ਨੇ ਤੀਰ ਤੀਰ ਕਮਾਨੋ ਛੱਡਿਆ, ਹਾਂ ਛੱਡਿਆ, ਕਰਕੇ ਉੱਪਰ ਵੱਲ ਤੇ ਆਣ, ਹੋ ਅੰਬੀ ਧਰਤੀ ਤੇ ਆ ਡਿੱਗ ਪਈ, ਤੋਤਾ ਉੱਡ ਗਿਆ ਵਿੱਚ ਅਸਮਾਨ, ਅੰਬੀ ਧਰਤੀ ਤੇ ਆ ਡਿੱਗ ਪਈ, ਤੋਤਾ ਉੱਡ ਗਿਆ ਵਿੱਚ ਅਸਮਾਨ, ਯਾਰੋ ਦੇਖ ਨਿਸ਼ਾਨਾ ਜੱਟ ਦਾ, ਹਾਂ ਜੱਟ ਦਾ, ਸਾਹਿਬਾਂ ਹੋ ਗਈ ਬਹੁਤ ਹੈਰਾਨ, ਇਹ ਹੋਰ ਵੀ ਲੰਮਾ ਆ, ਤੁਹਾਨੂੰ ਸ਼ੋਰਟ ਜਿਹਾ ਸੁਣਾਇਆ। ਇਹ ਦੇਖੋ ਬਈ, ਜਿਹੜਾ ਮਿਰਜ਼ੇ ਦਾ ਅਸਲ 'ਚ ਮੰਨਿਆ ਜਾਂਦਾ ਨਾ ਵੀ ਨਿਸ਼ਾਨ ਜੀ ਐਡਾ ਤਕੜਾ ਸੀਗਾ, ਨਿਸ਼ਾਨਾ ਮਿਰਜ਼ੇ ਦਾ ਐਡਾ ਤਕੜਾ ਸੀਗਾ, ਮਤਲਬ ਤਾਂ ਹੀ ਕਰਕੇ ਸਾਹਿਬਾਂ ਨੇ ਤੀਰ ਤੋੜਤੇ ਸੀਗੇ ਵੀ ਮੇਰੇ ਭਰਾ ਮਾਰੇ ਜਾਣਗੇ, ਵੀ ਮਿਰਜ਼ੇ ਦਾ, ਕਿਉਂਕਿ ਇਹਨੇ ਪਰਖ ਲਿਆ ਸੀਗਾ ਪਹਿਲਾਂ, ਉਹਨੇ ਕਿਹਾ ਉਹਨਾਂ ਨੂੰ ਤਾਂ ਮੈਂ ਤਰਲਾ ਪਾ ਲੂੰਗੀ ਭਰਾਵਾਂ ਨੂੰ, ਵੀ ਹਾਂ ਇਹਨੇ ਚਲਾ ਦੇ, ਪਰ ਫਿਰ ਭਰਾ ਵੀ ਨਹੀਂ ਮੰਨੇ, ਭਰਾਵਾਂ ਨੇ ਵੀ ਨਹੀਂ ਤਰਲਾ ਸੁਣਿਆ ਨਹੀਂ ਹਨਾ ਸਾਹਿਬਾਂ ਦਾ, ਦੋਵੇਂ ਹੀ ਇੱਥੇ ਇਸ ਜੰਡ ਥੱਲੇ ਮਤਲਬ ਮਾਰੇ ਗਏ ਹਨਾ। ਅਤੇ ਇੱਥੋਂ ਦੀ ਗਾਥਾ ਹੈਗੀ, ਰਹਿੰਦੇ ਪੰਜਾਬ 'ਚ ਬਹੁਤ ਸਾਰੇ ਕਿੱਸੇ ਕਹਾਣੀਆਂ ਜਿਹੀਆਂ ਚੱਲਦੀਆਂ ਜਿਹਨੂੰ ਅਸੀਂ ਅੱਜ ਦੇਖਣ ਆਏ ਹਾਂ। ਅਤੇ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਹਾਂ ਵਾਪਸ, ਅਤੇ ਇਹ ਸਾਰਾ ਏਰੀਆ ਸੀਗਾ ਜਿੰਨਾ ਤੁਹਾਨੂੰ ਦਿਖਾਇਆ ਹੈਗਾ, ਅਤੇ ਲਹਿੰਦੇ ਪੰਜਾਬ ਦੀਆਂ ਇਹੋ ਜਿਹੇ ਕਿੱਸੇ ਕਹਾਣੀਆਂ ਸਾਰੀਆਂ ਦੇਖਣ ਦੇ ਲਈ ਜੁੜੇ ਰਹੇ ਹੋ ਸਾਡੇ ਨਾਲ, ਲਹਿੰਦੇ ਪੰਜਾਬ ਤੋਂ ਪਾਕਿਸਤਾਨ ਦੇ ਸਫ਼ਰ ਤੋਂ ਘੁੰਮਾਉਂਦੇ ਰਹਾਂਗੇ, ਤੁਹਾਨੂੰ ਦਿਖਾਉਂਦੇ ਰਹਾਂਗੇ ਤੁਹਾਨੂੰ ਸਾਰਾ ਇਹ ਆਲਾ ਦੁਆਲਾ ਇੱਧਰ ਦੀ ਦੁਨੀਆ ਕਿਹੋ ਜਿਹੀ ਹੈ। ਬਹੁਤ ਕੁਛ ਅਜੇ ਨਵਾਂ ਨਵਾਂ ਚੀਜ਼ਾਂ ਦੇਖਣ ਵਾਲੀਆਂ, ਕੰਟੈਂਟ ਅਜੇ ਆਉਣਾ ਬਾਕੀ ਹੈਗਾ, ਜਿੰਨੀਆਂ ਤੁਸੀਂ ਸੁਣਿਆ ਸੀ ਨਾ ਇੱਧਰਲੇ ਪੰਜਾਬ ਦਾ ਸਾਰਾ ਅਜੇ ਤੁਹਾਡੇ ਸਾਹਮਣੇ ਲੈ ਕੇ ਆਉਣਾ, ਤੁਹਾਨੂੰ ਦਿਖਾਉਣਾ ਹੈਗਾ। ਅਤੇ ਲਓ ਜੀ, ਵਲੌਗ ਆਪਣਾ ਇੱਥੇ ਹੀ ਕਰਦੇ ਹਾਂ ਆਪਾਂ ਸਮਾਪਤ।